ਸਾਹਿਬ ਜੀ ਨੇ ਪਾਠ ਕੀਤਾ ਤੇਰਾ ਪਿਆਰੇ
Thank you.
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਲੰਗੜੀ ਦੇ ਅੰਦਰ ਗੁਰ ਬੈਠੀ ਹੈ। ਗੁਰੂ ਰੂਪ ਗੁਰੂ ਪਿਆਰੇ ਸਤਿ ਸ੍ਰੀ ਅਕਾਲ ਜੀਓ। ਅੱਜ ਆਪਾਂ ਸਾਰੇ ਰਿਸ਼ਤੇਦਾਰ, ਭੈਣ ਭਰਾ, ਸੱਜਣ ਮਿੱਤਰ, ਉਹ ਰੰਗਲੇ ਸੱਜਣ ਸਰਦਾਰ ਸਾਹਿਬ ਸਰਦਾਰ ਸਰਬੰਸ ਸਿੰਘ ਜੀ ਗੁਰਦਰ ਸਾਹਿਬ, ਜੋ ਕਿ ਉਸ ਮਾਲਕ ਪਾਤਸ਼ਾਹ ਜੀ ਦੇ ਭਾਂਡੇ ਅਨੁਸਾਰ ਜਿਤਨੀ ਸਵਾਸਾਂ ਦੀ ਪੂੰਜੀ ਨੂੰ ਲੈ ਕੇ ਇਸ ਸੰਸਾਰ ਦੇ ਵਿੱਚ ਆਏ ਸਨ, ਉਸ ਅਕਾਲ ਵਾਹਿਗੁਰੂ ਪਾਤਸ਼ਾਹ ਜੀ ਦਾ ਹੁਕਮ ਆ ਗਿਆ, ਜਿਸ ਨੂੰ ਕੋਈ ਟਾਲ ਨਹੀਂ ਸਕਦਾ, ਜਿਸ ਨੂੰ ਕੋਈ ਮੋੜ ਨਹੀਂ ਸਕਦਾ। ਸਰਫੇ ਸਰਫੇ ਸਦਾ ਸਦਾ ਕੇ ਵਹਿ ਗਈ ਰਿਹਾਏ, ਨਾਨਕ ਕਿਸ ਨੂੰ ਆਖੀਐ ਮੇਰੇ ਪਛਿਆ ਹੀ ਲੈ ਜਾਏ। ਇਸ ਵੇਲੇ ਸਭ ਤੇ ਆਉਣੀ ਹੈ ਤੇ ਇਸ ਵਾਸਤੇ ਭਾਵੇਂ ਕੋਈ ਜਿੰਨਾ ਮਰਜ਼ੀ ਜਤਨ ਵੀ ਕਰ ਦੇਵੇ, ਮਹਾਰਾਜ ਦੀ ਬਾਣੀ ਕਹਿੰਦੀ ਮਨ ਕਰਮਾਓ ਜਾਂ ਆਓ ਸੀ, ਸਭ ਦਰਵਾਜ਼ੇ ਬੰਦ ਹਨ। ਜਿਸ ਵੇਲੇ ਸਮਾਂ ਆ ਗਿਆ, ਉਸ ਵੇਲੇ ਭਾਵੇਂ ਇਨਸਾਨ ਜੋ ਮਰਜ਼ੀ ਕਰ ਲਵੇ, ਜਦੋਂ ਸਮਾਂ ਆ ਗਿਆ, ਸਮਾਂ ਸਥਾਨ ਤੇ ਕਾਰਨ ਪਰਿਵਾਰ ਦੇ ਵਿੱਚ ਹੱਸਦੇ ਖੇਡਦੇ ਆਪਣੇ ਸੱਜਣ ਮੈਨੂੰ ਬਾਹਰ ਮਿਲੇ, ਕਹਿੰਦੇ ਸਾਡੇ ਨਾਲ ਚੰਗੇ ਭਲੇ ਗੱਲਾਂ ਕਰਦੇ ਆਏ ਹਾਂ, ਪਰ ਅਚਾਨਕ ਉਸ ਵਾਹਿਗੁਰੂ ਪਾਤਸ਼ਾਹ ਸਾਨੂੰ ਸਭਨਾਂ ਨੂੰ ਅਲਵਿਦਾ ਕਹਿ ਕੇ ਆਓ, ਸਾਡੇ ਸਾਰਿਆਂ ਦਾ ਇੱਕ ਮਕਸਦ ਇਕੱਠੇ ਗੁਰੂ ਬਾਬਾ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਨ ਵਾਸਤੇ ਆਏ। ਕਿੰਨੇ ਦਿਨ ਭਾਈ ਹਰਜੀਤ ਸਿੰਘ ਜੀ, ਪਰਮਜੀਤ ਸਿੰਘ, ਸਾਰਾ ਹੀ ਪਰਿਵਾਰ, ਅਸੀਂ ਬਹੁਤ ਰੋ ਕੇ ਦੇਖ ਲਿਆ, ਗੁਲਾ ਕੇ ਦੇਖ ਲਿਆ, ਪਰ ਸਾਨੂੰ ਕੋਈ ਆਵਾਜ਼ ਨਹੀਂ ਆਈ, ਕਿਉਂਕਿ ਉਸ ਅਕਾਲ ਵਾਹਿਗੁਰੂ ਜੀ ਦੇ ਅੱਗੇ ਪਰਿਵਾਰ ਨੂੰ ਅਰਦਾਸ ਕਰਦੇ ਸੀ ਪਿਆਰ ਹੈ, ਕਿਉਂਕਿ ਵੀਰ ਜੀ ਸੱਚਖੰਡ ਹਰਿਮੰਦਰ ਸਾਹਿਬ ਜੀ ਵਿਖੇ ਗੁਰੂ ਬਾਬਾ ਜੀ ਦੇ ਪਾਵਨ ਅਜਿਹਾ ਘਾਟਾ ਕਦੇ ਨਾ ਪੂਰਾ ਹੋਣ ਵਾਲਾ ਹੈ, ਪਰ ਸਤਸੰਗ ਜੀ ਗੱਲ ਆ ਕੇ ਮੁਕਤੀ ਹੈ, ਅਸੀਂ ਉਹਨਾਂ ਦੀ ਅੰਤਮ ਅਰਦਾਸ ਵੀ ਸ਼ਾਮਿਲ ਹੋਣ ਵਾਸਤੇ ਆਏ ਹਾਂ ਤੇ ਅਰਦਾਸ ਆਦਿ ਪਾਤਸ਼ਾਹ ਕਹਿੰਦੇ ਨਾਨਕ ਪਾਤਸ਼ਾਹ ਜੀ ਨੂੰ ਇਹ ਬੇਨਤੀ ਕਰੀਏ ਔਰ ਉਸ ਰੰਗ ਦੇ ਸੱਜਣ ਭਾਈ ਸਰਭਾਈ ਸਤਵੰਤ ਸਿੰਘ ਜੀ ਗੁਰਦਰ ਸਾਹਿਬ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਹਾਂ। ਬਾਬਾ ਜੀ ਦੇ ਚਰਨਾਂ ਵਿੱਚ ਅੰਤਿਮ ਜੀ ਨਾਨ ਹਮ ਤੇ ਮੰਨਿਆ Thank you.
ਹਾਂ ਸਾਡੇ ਕੋਲ ਹੱਸਦੇ ਹਾਂ ਖੇਡਦੇ ਹਾਂ ਉਸ ਮਾਲਕ ਪਾਤਸ਼ਾਹ ਦੇ ਪਾਣੇ ਦੇ ਨਾਲ ਅਲੋਕ ਕਰ ਗਏ ਇਹ ਸ਼ਬਦ ਜੋ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਰਹਾਓ ਦੀਆਂ ਪੰਕਤੀਆਂ ਦੇ ਵਿੱਚ ਸਾਡੇ ਸਰਲ ਸ਼ਬਦਾਂ ਦੇ ਵਿੱਚ ਸਮਝਾਉਣਾ ਕਰ ਰਹੇ ਨੇ ਨਾ ਸੁਣੇ ਕੀ ਬੋਲੀਏ ਆਪਣੇ ਕੰਨੀ ਸੋਏ ਲਗੀ ਆਵਲਾ ਸਭ ਲੈ ਜਿਵੇਂ ਇੱਕ ਧੀ ਜੰਮਦੀ ਹੈ ਤੇ ਮਾਂ ਉਸਨੂੰ ਬਚਪਨ ਤੋਂ ਲੈ ਕੇ ਹਦਾਇਤ ਕਰਦੀ ਹੈ ਕਿ ਤੂੰ ਸਭ ਦੇ ਘਰ ਜਾਣਾ ਹੈ ਤੇ ਮਾਂ ਆਪਣੀ ਬੱਚੀ ਨੂੰ ਤਰ੍ਹਾਂ ਤਰ੍ਹਾਂ ਦੀਆਂ ਹਦਾਇਤਾਂ ਕਰਦੀ ਹੈ ਆਪਣੀ ਬੱਚੀ ਨੂੰ ਸਮਝਾਉਂਦੀ ਹੈ ਕਿ ਤੂੰ ਸਭ ਦੇ ਘਰ ਜਾਣਾ ਹੈ ਉਹਦੇ ਕਿਸੇ ਗੱਲ ਦਾ ਸਾਨੂੰ ਗੁਲਾਮਾ ਨਾ ਆਵੇ ਕੋਈ ਗੱਲ ਨਾ ਸੁਣਨੀ ਪਵੇ Thank you.
जिसकी मस्त
जिसकी वस्त्र सोई रह जाएगा। रोज इसे सो की जाए गुरु को हुए सो पाना मने से तिहार से आपा किसे रिश्तेदार को किसे भैन भरा को किसे गुआढ़ी के को कोई मंगवी जी के आए सी वो अपनी वापस लेके है। इस शब्द विच सानू समझाते हैं नांगे आमना नांगे जाना हर हुकुम पया क्या की जाए जिसकी वस्त सोई रह जाएगा। आप विच आए हां एक स्वास तेरी बलिया अवर काज तेरा कीते ना काम होवे साध संगत पज केवल नाम केवल गुरु दा नाम जपया होया कीते हुई सेवा कीता होया सिमरन की हां खाट चलो हरदा हां। इंसान भी इस संसार ते आंदा है जदों उस वैगुरु जी दा सदका आ जांदा है क्योंकि इत्थे आके असीं सारे हार जांदे हां मेरे आतियो सब को तेरे बस असा जो नाही जे शिकार हम सकै तो भाणा मरण की दात बख्शियो भाणा मरण की सुवाद बख्शियो पर साढ़े दुनियावी लोगों वास्ते बड़ा औखा होंदा है जिन्हां दा रिश्ता जिन्हां दा नाता जीत सिंह सरदार प्रभजीत सिंह अते उन्हां दा सारा ही पूरा परिवार जिस परिवार को सदी छोड़ा दे गए ने ये सारे वास्ते बड़े दुखदाई करना है बड़ा असह ते अगह है ਅਜਿਹਾ ਘਾਟਾ ਹੈ ਕਿ ਪੁਨਰ ਪਰਿਵਾਰ ਵਾਸਤੇ ਜਿਹੜਾ ਕਦੀ ਨਾ ਪੂਰਾ ਹੋਣ ਵਾਲਾ ਹੈ ਕਿ ਸਾਡਾ ਕਿਸੇ ਦਾ ਜ਼ੋਰ ਨਹੀਂ ਚੱਲਦਾ। ਤਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪਾਤਸ਼ਾਹ ਜੀ ਦਾ ਪੁੱਤਰ ਤੇ ਮੇਰੇ ਤੀਨ ਸੁਣਿਆ ਦੇ ਬਾਅਦ ਤਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪਾਤਸ਼ਾਹ ਹੁਣ ਸਮੇਂ ਦੇ ਵਿੱਚ ਜੰਗਾਂ ਦੇ ਤੋਂ ਅੱਜ ਜਿਹਦੇ ਹੋਏ ਸਨ ਇਸ ਪੰਥ ਦੇ ਲਈ ਤੇ ਬਾਬਾ ਗੁਰਦੇਵ ਸਾਹਿਬ ਦੇ ਮਨ ਦੇ ਵਿੱਚ ਆਈ ਇੱਕ ਆ ਕੇ ਰਜਤ ਕੋ ਸ਼ਿਕਾਇਤ ਲਾਵੇਗਾ ਉਹ ਤਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪਾਤਸ਼ਾਹ ਇਸਨੇ ਨਰੀ ਫਿਰਦਾਨ ਜਿਉਂਦਾ ਕਰ ਦਿੱਤਾ। ਇਹ ਜਿਹੜੀ ਗੱਲ ਜੰਗਲ ਦੀ ਅੱਗ ਵਾਂਗੂ ਸਾਰੇ ਪਾਸੇ ਫੈਲ ਗਈ ਬਾਬਾ ਗੁਰਦਿੱਤਾ ਜੀ ਨੇ ਕਰਾਮਾਤ ਖਾਈ ਹੈ ਮਰੀ ਫਿਰਦਾਨ ਨੂੰ ਜਿਉਂਦਾ ਕਰ ਦਿੱਤਾ ਔਰ ਕਰਾਮਾਤ ਜਿਹੜੀ ਹੈ ਸਾਥੀਏ ਧਰਤੀ ਦੇ ਵਿੱਚ ਇਹ ਕਹਿਰ ਦਾ ਨਾਮ ਹੈ ਕਿ ਕੋਈ ਵੀ ਕਰਾਮਾਤ ਨਾ ਪਾ ਸਕਦਾ। ਇਹ ਗੱਲ ਜਿਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਨੇ ਉਹ ਵਾਰੀ ਫਿਰ ਪਿਆਰੇ ਕਰਮਟ ਦੇ ਹੋ ਕੋ ਕਾਹੀ ਕੁਮਾਰੇ ਕਰਮਟ ਭਲਾ ਨਾ ਕਰਮਟ ਤੇਰੀ ਲਾਗ ਗਨੇ ਸੁਣੇ ਤੇ ਮੇਰੇ ਸਤਿਗੁਰੂ ਜੀ ਆਪ ਜੀ ਦਾ ਮੋਹ ਵੀ ਸਦਾ ਮੇਰੇ ਵੱਲ ਹੋਵੇ ਕਦੇ ਫਿਰ ਨਾ ਮਿਲੇ ਹੋ। ਤਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪਾਤਸ਼ਾਹ ਜੀ ਨੇ ਆਖਿਆ ਬਾਬਾ ਗੁਰਦਿੱਤਾ ਜੀ ਇਹ ਤੁਸੀਂ ਚੰਗਾ ਨਹੀਂ ਕੀਤਾ ਕੁਦਰਤ ਦਾ ਨਿਯਮ ਜੋ ਕੁਦਰਤ ਦਾ ਪਾਣਾ ਹੈ ਉਸ ਕਰਮ ਦਾ ਪਾਣਾ ਹੈ ਤੁਸੀਂ ਉਸ ਦੇ ਨਾਲ ਛੇੜਛਾੜ ਕੀਤੀ ਹੈ ਇਹ ਚੰਗਾ ਨਹੀਂ ਕੀਤਾ। ਹੁਣ ਇੱਕ ਮਿਆਨ ਦੇ ਸੱਚੇ ਘਰ ਦੇ ਵਿੱਚ ਆ ਗਿਆ ਤੇ ਉਸ ਨੂੰ ਕੋਈ ਮੋੜ ਨਹੀਂ ਸਕਦਾ ਉਸ ਨੂੰ ਕੋਈ ਟਾਲ ਨਹੀਂ ਸਕਦਾ। ਇਤਿਹਾਸ ਦੱਸਦਾ ਹੈ ਸਤਿਗੁਰੂ ਜੀ ਦਾ ਹੁਕਮ ਮੰਨ ਕੇ ਬਾਬਾ ਗੁਰਦੇਵ ਬਣ ਦਿੱਤਾ। ਅੱਜ ਜੋ ਵੀ ਸੰਗਤਾਂ ਉੱਥੇ ਪਿਆਰ ਵਾਲੀਆਂ ਜਾਂਦੀਆਂ ਨੇ ਦਰਸ਼ਨ ਕਰਦੇ ਨੇ ਮਨ ਕਿਤੇ ਫਲ ਪ੍ਰਾਪਤ ਹੁੰਦੇ ਨੇ। ਸੋ ਉਸ ਅਕਾਲ ਵਾਹਿਗੁਰੂ ਜੀ ਦਾ ਪਾਣਾ ਹੈ ਉਸ ਦੇ ਅਗਾਂ ਇਸੇ ਕਰਕੇ ਆਨੰਦ ਭਇਆ ਮੇਰੇ ਨਾਏ ਸਤਿਗੁਰੂ ਮੈਂ
ਵਾਰੀ ਆਪੋ ਆਪਣੀ
ਸਰਬਤ
ਅਰਦਾਸ ਬੇਨਤੀ ਕਰਦੇ ਰਹੇ। ਆਪਾਂ ਸਾਰੇ ਹੀ ਇਕੱਤਰ ਹੋਏ ਹਾਂ ਗੁਰਮੁਖੋ, ਇਹ ਵਿਚਾਰਿਆ ਜਾਵੇ, ਬਹੁਤ ਸੋਚਿਆ ਜਾਵੇ, ਬਹੁਤ ਇੱਕ ਅਟਲ ਸੱਚਾਈ ਹੈ। ਆਪਾਂ ਮੰਨੀਏ ਭਾਵਾਂ ਨਾ ਮੰਨੀਏ, ਪਰ ਇਸ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਾਂ ਹੋਰ ਰਾਹ ਦਿੱਤੀ ਹੈ ਕਿ ਹਰ ਘਰ ਦੇ ਸਭ ਦਿਵਸ ਸਾਸ ਮੈਂ ਪੱਟਣ ਪੱਟਣ ਤਿਲ ਸਾਰ। ਗੁਰੂ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਅੰਦਰ ਇਹ ਦਰਸਾਇਆ ਕਿ ਮਰਨ ਵਿਖਾਏ ਨਕਲ ਮੈਂ ਆਏ, ਕਿ ਸਾਡੀ ਮੌਤ ਦਾ ਦਿਨ ਵੇਲਾ ਘੜੀ ਪਹਿਲਾਂ ਨਿਸ਼ਚਿਤ ਕੀਤਾ ਜਾਂਦਾ ਹੈ। ਜਨਮ ਸਾਡਾ ਇਸ ਮਾਤ ਲੋਕ ਦੇ ਬਾਅਦ ਵਿੱਚ ਹੁੰਦਾ ਹੈ, ਪਰ ਵਿੱਚੋਂ ਗਰਭ ਹੈ ਨਿਕਲ ਆਇਆ ਇਸ ਨੂੰ ਅਨੁਸਾਰ ਦੁਨੀ ਚਿਤ ਆਇਆ ਜੀਵਾਂ ਮਾਤਾ ਅਨੁਸਾਰ ਆਪਣਾ ਸੁਭਾਅ ਜੀਵਾਂ ਦਾ ਭੁੱਲ ਜਾਣਾ ਅਤੇ ਭੁੱਲ ਜਾਂਦੇ ਮੁਆਫ ਕਰਨਾ। ਆਪਣੇ ਅੰਦਰ ਵੀ ਆਪਾਂ ਝਾਤੀ ਮਾਰ ਕੇ ਵੇਖ ਲਈਏ, ਜਦੋਂ ਕੋਈ ਸਾਡਾ ਸੱਜਣ ਮਿੱਤਰ ਪੜੋਸੀ ਆਂਢੀ ਗੁਆਂਢੀ ਕਢਾਈ ਕਰਦਾ ਹੈ, ਕਿੰਨਾ ਕੁ ਮਹਿਸੂਸ ਹੁੰਦਾ ਹੈ ਕਿ ਆਪਾਂ ਉਹ ਵੇਲਾ ਉਹ ਦਿਨ ਉਹ ਘੜੀ ਜਿਸ ਜਿਸ ਦਾ ਵੀ ਜਿਸਾਰੇ ਖਰੀਦਾ ਜਿੱਤ ਦਿਹਾੜੇ ਧਨ ਵਰੀ ਸਾਰੇ ਲਏ ਲਿਖਾਏ ਮਰਕ ਜੇ ਕੰਨੀ ਸੁਣੀ ਦਾ ਉਹ ਦਿਖਾਜੇ ਆਏ ਸਾਰੇ ਜਿੰਦੇ ਨਾਲ ਚੱਲਣੀ ਜਿੰਦੂ ਤੂੰ ਸਮਝਾਏ। ਬਾਬਾ ਫਰੀਦ ਜੀ ਨੇ ਦਰਸਾਇਆ ਕਿ ਫਿਰ ਇਸ ਨਿਮਾਣੀ ਜਿੰਦ ਨੂੰ ਇਸ ਜੀਵ ਆਤਮਾ ਨੂੰ ਇਸ ਸਰੀਰ ਨੂੰ ਮਨੋਂ ਭੰਗ ਕੇ ਉਹ ਮੌਤ ਰੂਪੀ ਲਾਰਾ ਕੱਢ ਕੇ ਲੈ ਜਾਂਦਾ ਹੈ, ਅਤੇ ਉਹ ਜੀਵ ਆਤਮਾ ਨੂੰ ਕੱਢਣ ਦਾ ਬਹਾਨਾ ਕੀ ਬਣਦਾ ਹੈ। ਕਹਿੰਦੇ ਉਹ ਹੱਡ ਭੰਨ ਕੇ ਕੱਢ ਕੇ ਲੈ ਜਾਂਦਾ ਹੈ, ਅਤੇ ਵਿਦਵਾਨਾਂ ਨੇ ਜ਼ਿਕਰ ਕੀਤਾ ਕਿ ਹੱਡ ਭੰਨਣ ਤੋਂ ਭਾਵ ਇਹੋ ਹੀ ਹੈ ਕਿ ਐਕਸੀਡੈਂਟ ਹੋ ਗਿਆ, ਕੋਈ ਬਿਮਾਰੀ ਆਉਣ ਗਲ ਪਈ, ਉਸਨੇ ਸਰੀਰ ਇੰਨਾ ਜਿਰਜਰਾ ਇੰਨਾ ਕਮਜ਼ੋਰ ਕਰ ਦਿੱਤਾ, ਇੱਕੋ ਬਹੁਤ ਰੂਪੀ ਜੜਾ ਆਇਆ ਇਸ ਆਤਮਾ ਨੂੰ ਕੱਢ ਕੇ ਲੈ ਗਿਆ। ਅਤੇ ਨਾਲ ਹੀ ਜਦੋਂ ਬਾਬਾ ਫਰੀਦ ਜੀ ਨੇ ਵੀ ਮੋਹਰ ਲਾਈ ਕਿ ਸਾਰੇ ਲਿਖੇ ਨਾ ਚੱਲਣੀ ਜਿੰਦੋ ਤੂੰ ਸਮਝਾਏ, ਇਹ ਮੇਰੀ ਜਿੰਦ ਇਹ ਮੇਰੇ ਮਨ ਆਪਣੇ ਆਪ ਨੂੰ ਸਮਝਾਉਣਾ ਕਰ ਕਿ ਉਹ ਦਿਨ ਅੱਗੇ ਪਿੱਛੇ ਨਹੀਂ ਹੋਣਾ, ਸਾਰੇ ਲਿਖੇ ਨਾ ਚੱਲਣੀ ਆਪਣੀ ਜਿੰਦ ਨੂੰ ਸਮਝਾ ਲੈ। ਜਿੰਦ ਬਹੁਤੀ ਮਰਨ ਵਾਰ ਰਹਿ ਜਾਸੀ ਪਰਣਾਏ, ਆਪਣ ਹੱਥੀ ਜੋੜ ਕੇ ਕਹਿ ਕਰ ਲੱਗੇ ਧਾਏ। ਬਾਬਾ ਫਰੀਦ ਜੀ ਦਰਸਾਉਂਦੇ ਕਿ ਬਹੁਤ ਰੂਪੀ ਲਾੜਾ ਮਨ ਨੂੰ ਆਇਆ ਇਸ ਜਿੰਦ ਰੂਪੀ ਬਹੁਤੀ ਨੂੰ ਵਿਆਹ ਕੇ ਲੈ ਗਿਆ, ਲੈ ਜਾਸੀ ਪਰਣਾਏ ਆਪਣ ਹੱਥੀ ਜੋੜ ਕੇ ਕਹਿ ਕਰ ਲੱਗੇ ਧਾਏ। ਅਤੇ ਬਾਬਾ ਫਰੀਦ ਜੀ ਇਹ ਵੀ ਦਰਸਾਉਂਦੇ ਕਿ ਇਹ ਸਰੀਰ ਕਿਸ ਤੇ ਗਾਹ ਲੱਗ ਕੇ ਧਾਵਾਂ ਮਾਰੇਗਾ ਰੂੰਗੇਗਾ, ਭਾਵ ਕਿ ਜਦੋਂ ਵਿੱਚੋਂ ਇਹ ਜਿੱਤ ਨਿਕਲ ਗਈ ਕਾਇਆ ਨਿਕਲ ਗਈ ਤਾਂ ਇਹ ਸਰੀਰ ਬੇਅਰਥ ਹੈ, ਇਸ ਸਰੀਰ ਦੀ ਕੋਈ ਕਾਇਆ ਕੋਈ ਸੱਤਿਆ ਨਹੀਂ ਰਹਿ ਜਾਂਦੀ, ਇਹ ਸਰੀਰ ਇਸ ਜਿੱਤ ਨੂੰ ਰੱਖਣ ਵਾਸਤੇ ਵਾਸ ਲਿਆਉਣ ਵਾਸਤੇ ਕੋਈ ਚਾਰਾ ਕਰ ਸਕਦਾ। ਵਾਲੋਂ ਇੱਕੀ ਕੁਛ ਸਲਾਹ ਕੰਨੀ ਨਾਲ ਸੁਣਿਆਏ, ਫਰੀਦਾ ਕਰੀ ਪਵੰਦਈ ਬੜਾ ਮੈਂ ਆਪ ਨੂੰ ਆਏ। ਅਤੇ ਕਹਿੰਦੇ ਕਿ ਉਹ ਜਵਾ ਦੇ ਰਾਹ ਨੂੰ ਜਾਣ ਵਾਲਾ ਜੋ ਉਹ ਸਲਾਹ ਜੋ ਗੁਣ ਹੈ ਬੜਾ ਬਰੀਕ ਹੈ, ਕੰਨੀ ਨਾ ਸੁਣੀ ਆਏ ਕਦੇ ਕੰਨਾਂ ਨਾਲ ਵੀ ਨਹੀਂ ਸੀ ਸੁਣਿਆ, ਪਰ ਅੱਜ ਇਸ ਨਿਬਾਣੀ ਜਿਵੇਂ ਉਸਦੇ ਉੱਪਰ ਕਰਨਾ ਪਿਆ। ਸਮਝਾਉਣਾ ਕੀਤੀ ਜੋ ਇਸ ਸਲੋਕ ਵਿੱਚ ਦਰਸਾਉਣਾ ਕੀਤੀ
ਖਰੀਦਾ ਕਿਹੜੀ ਪਾਬੰਦ ਹੈ? ਕਹਿੰਦੇ ਕਿ ਇਸ ਜਿੰਦ ਨੂੰ ਵਾਜਾਂ ਪੈਂਦੀਆਂ। ਇਹ ਸਮਝਾ ਲੈ ਗੁਰੂ ਦੇ ਗਣ ਲੱਗ ਜਾ, ਸੁਧਰ ਜਾ, ਸੇਵਾ ਸਿਮਰ ਕਰ ਲੈ, ਨਹੀਂ ਤੇ ਇਸ ਨਿਵਾਲੀ ਜਿੰਦ ਨੂੰ ਲੈ ਜਾਣਾ। ਗੁਰਮੁਖੋ ਇਹ ਕਥਾ, ਇਹ ਕੀਰਤਨ, ਇਹ ਅਖੰਡ ਪਾਠ, ਇਹ ਗੁਰਦੁਆਰਿਆਂ ਵਿੱਚ ਸਵੇਰੇ ਸ਼ਾਮ ਦੇ ਨਿਤ ਨੇ ਇਹ ਦੀਵਾਨ, ਇਹ ਸਾਨੂੰ ਵਾਜਾਂ ਹੀ ਪੈ ਰਹੀਆਂ। ਇਹ ਕੀ ਵਾਜਾ? ਜਿਸ ਕੰਮ ਦੀ ਐ ਜਾ ਭੋ ਆਏ ਸੂਈ ਬਿਹਾਜੋ ਔਰ ਗੁਰ ਦੇ ਮਨੇ ਵਸੇਰਾ। ਗੁਰਮੁਖੋ ਆਪਾਂ ਵਿਆਖਿਆ ਪੁੱਜ ਕਰ ਦਿੰਦੀ ਹੈ, ਜਿਸ ਕਰਕੇ ਕੁਝ ਕੁਝ ਕਸੂਰ ਸਾਡਾ ਆਪਣਾ ਹੈ। ਵੇਖੋ ਮਾਇਆ ਬਹੁਤ ਕੁਛ ਹੈ, ਸਭ ਕੁਛ ਨਹੀਂ। ਬਹੁਤ ਕੁਛ ਤੇ ਸਭ ਕੁਛ ਵਿੱਚ ਲੱਖਾਂ ਕੋਹਾਂ ਦਾ ਅੰਤਰ ਹੈ। ਜਿੰਨਾ ਚਿਰ ਅਸੀਂ ਜਿਉਂਦੇ ਹਾਂ, ਧਨ ਤੋਂ ਬਿਨਾਂ ਸਾਡਾ ਗ੍ਰਿਸ਼ਟ ਨਹੀਂ ਚੱਲ ਸਕਦਾ, ਸਾਡਾ ਪਰਿਵਾਰ ਨਹੀਂ ਚੱਲ ਸਕਦਾ। ਪਰ ਗੁਰੂ ਕਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ 24 ਘੰਟਿਆਂ ਦਾ ਦਸਵੰਧ ਕੱਢਣ ਵਾਸਤੇ ਸਾਨੂੰ 28 ਘੰਟੇ ਕਿਹਾ ਕਿ ਉਸ ਪਰਮਾਤਮਾ ਦੇ ਸਿਮਰਨ ਵਿੱਚ, ਉਸ ਦੀ ਸੇਵਾ ਵਿੱਚ ਲੱਗੇ ਲਾ, ਬਾਕੀ ਸਮਾਂ ਆਪਣਾ ਗ੍ਰਿਸ਼ਟ ਚਲਾ, ਕਿਰਤ ਕਮਾਈ ਕਰ, ਪਰ 28 ਘੰਟੇ ਕੱਢ ਤਾਂ ਕਿ ਜਦੋਂ ਇਸ ਮਾਤ ਮਨ ਤੋਂ ਰਹਿਣਾ ਉੱਥੇ ਪਰਮਾਤਮਾ ਦੀ ਦਰਗਾਹ ਵਿੱਚ ਰੇ ਰੇ ਤੱਕ ਕਰੇ ਨਾ ਕੋਲ, ਇਹਨੂੰ ਭੁੱਖਾ ਨਾ ਪੈਣ, ਫਿਟਕਾਰਾ ਨਾ ਪੈਣ, ਤੇਰੇ ਅੰਦਰ ਵਾਸਤੇ ਲੋਕ ਖਲੋਤੇ ਹੋ। ਇਸ ਦੁਨੀਆਂ 'ਤੇ ਵਿਚਰਦਿਆਂ ਦੇਖੋ ਕਾਨੂੰਨ ਪਾਸੇ ਨਾ ਲੈ ਜਾਣਾ, ਕੋਈ ਵੀ ਦੁਨਿਆਵੀ ਤੌਰ 'ਤੇ ਬੰਦੇ ਨੂੰ ਕੋਈ ਰੁਤਬਾ ਕੋਈ ਅਹੁਦਾ ਮਿਲ ਜਾਂਦਾ ਹੈ ਨਾ, ਆਪਾਂ ਸਾਰੇ ਉਸਦਾ ਮਾਣ ਸਤਿਕਾਰ ਕਰਦੇ ਹਾਂ, ਉਸ ਨੂੰ ਬੈਠਣ ਵਾਸਤੇ ਜਗ੍ਹਾ ਵੀ ਦਿੰਦੇ, ਸੰਗਤ 'ਚ ਪੁਰਾ ਪੁਰਾ ਵੀ ਹੋ ਜਾਂਦੇ ਹਾਂ ਕਿ ਇਸ ਨੂੰ ਬਿਠਾ ਲਈਏ। ਅਤੇ ਜਦੋਂ ਕੋਈ ਮੱਧ ਕਰਮੀ ਜੀਵ ਵਿਕਾਰਾਂ ਨਾਲ ਦੱਸਿਆ ਮਾੜੇ ਕੰਮ ਕਰਨ ਵਾਲਾ ਜੀਵ ਹੁੰਦਾ, ਆਪਾਂ ਕੋਈ ਅਸਰ ਨਹੀਂ ਕਰਦੇ, ਆਪਣੇ ਮਨ ਦੇ ਵਿੱਚ ਉਸ ਦੇ ਪ੍ਰਤੀ ਘਿਰਣਾ ਪੈਦਾ ਹੁੰਦੀ ਹੈ ਕਿ ਕਿੱਧਰ ਆ ਗਿਆ। ਅਤੇ ਸਤਿਗੁਰੂ ਜੀ ਨੇ ਗੁਰਬਾਣੀ ਅੰਦਰ ਦਰਸਾਇਆ ਕਿ ਇਹ ਜੀਵ ਇਹੋ ਹੀ ਹਾਲ ਤੇਰੇ ਨਾਲ ਉਸ ਪਰਿਪੂਰਨ ਪਰਮਾਤਮਾ ਦੀ ਦਰਗਾਹ ਵਿੱਚ ਹੋਣਾ ਹੈ। ਜਦੋਂ ਤੂੰ ਜਾਣਾ ਤੇ ਕਰਮੀ ਆਪੋ ਆਪਣੇ ਇਹ ਨੇੜੇ ਕੇ ਦੇਵੇ, ਉੱਥੇ ਤੇਰੇ ਕਰਮ ਵਾਚੇ ਜਾਣੇ, ਤੇਰੇ ਧਨ, ਤੇਰੀਆਂ ਮਿਹਰਬਾਨੀਆਂ, ਤੇਰੀ ਇਕੱਤਰ ਕੀਤੀ ਹੋਈ ਦੌਲਤ ਇਹ ਨਹੀਂ ਵਾਚੀ ਜਾ। ਹਾਂ ਧਨ ਕਹਿੰਦੇ ਬੰਦੇ ਦੀ ਮਦਦ ਕਰਦਾ ਆਖਰੀ ਸਾਹ ਤੱਕ। ਜੀਵ ਦੇ ਜੋ ਮਿੱਤਰ ਮੰਨੇ ਸ਼ਸਤਰਕਾਰਾਂ ਨੇ, ਵਿਦਵਾਨਾਂ ਨੇ, ਧਨ, ਰਿਸ਼ਤੇਦਾਰ, ਘਰ ਵਾਲੇ, ਸੱਜਣ ਮਿੱਤਰ ਕਹਿੰਦੇ ਕਿ ਇਹ ਆਖਰੀ ਸਾਹ ਤੱਕ, ਸਾਣਾ ਤੱਕ ਇਸ ਜੀਵ ਦੀ ਮਦਦ ਕਰਦੇ, ਤੇ ਜੋ ਅੱਗੇ ਚੱਲਦਾ ਉਹ ਨਾਲ ਜਾਂਦੇ ਜੀਵ ਦੇ ਘਰ। ਚੰਗੇ ਕਰਮ ਕੀਤੇ ਤਾਂ ਉਸ ਪਰਿਪੂਰਨ ਪਰਮਾਤਮਾ ਦੀ ਦਰਗਾਹ ਵਿੱਚ ਸਤਿਕਾਰ ਵੀ ਮਿਲੇਗਾ, ਆਵਾਗਮਨ ਤੋਂ ਛੁਟਕਾਰਾ ਵੀ ਹੋ ਜਾਵੇਗਾ। ਤੇ ਜੇ ਆਪਾਂ ਮਾੜੇ ਕਰਮ ਕਰਕੇ ਉਸ ਪਰਿਪੂਰਨ ਪਰਮਾਤਮਾ ਦੀ ਦਰਗਾਹੇ ਜਾ ਕਰਕੇ ਜਦੋਂ ਲੇਖਾ ਹਿਸਾਬ ਦੇਵਾਂਗੇ ਤਾਂ ਫਿਰ ਜੰਮਣ ਮਰਨ ਦੇ ਗੇੜ ਵਿੱਚ ਜਿਹਾ ਬੀਤਾ ਸੋ ਰੁਣੈ, ਕਰਮਾਂ ਸਦਣਾ ਖੇਤ ਦੇ ਮਾਂ ਬਾਪ ਅਨੁਸਾਰ। ਪਹਿਲਾਂ ਮੈਂ ਆਪਣੀ ਸਿਆਹੀ ਦਾ
ਏਡਾ ਛੋਟਾ ਜਿਹਾ ਸਪੈਨ ਆਫ ਟਾਈਮ ਆ ਐਜ਼ ਕੰਪੇਅਰ ਟੂ ਲਾਈਫ ਆਫ ਯੂਨੀਵਰਸ, ਇਹਦੇ ਬਾਰੇ ਮੈਂ ਲਾਈਫ ਕੀਆ ਉਹ ਸੁਣੋ। ਪਹਿਲਾਂ ਕੁਝ ਦਿਨ ਮਾਂ ਨਹਾਇਆ ਮੈਨੂੰ ਮੁੜਕੇ ਨਹਾਤਾ ਆਇਆ, ਫਿਰ ਡਰ ਹੋਣ ਆਇਆ ਮੁੜਕੇ ਸਭ ਛਿੱਟਾ। ਹੁਣ ਮੈਂ ਸਰਦਾਰ ਸਰਪੰਚ ਸਿੰਘ ਫਿਟ ਕਰਦਾ ਗਿਆ ਉਹ ਮੈਂ ਤੁਹਾਡੇ ਸਾਂਝ ਕਰਦਾ। ਮਾਈਕ ਲਾ ਕੇ ਸਰਪੰਚ ਸਿੰਘ ਜੀ ਦੀ ਬਾਤ ਸੀ, ਸਰਪੰਚ ਸਿੰਘ ਜੀ ਦੀ ਬਾਤ ਸੀ, ਉਹ ਰਹਿਮਤ ਦੀ ਬਰਸਾਤ ਸੀ। ਸਰਪੰਚ ਸਿੰਘ ਜੀ ਦੀ ਬਾਤ ਸੀ, ਉਹ ਰਹਿਮਤ ਦੀ ਬਰਸਾਤ ਸੀ। ਉਹ ਠੰਡਾ ਸੀਤ ਸੀ, ਕੁਰਤੀ ਝਾਵੇ ਸੰਗ ਸੀ। ਉਹ ਠੰਡਾ ਸੀਤ ਸੀ, ਕੁਰਤੀ ਝਾਵੇ ਸੰਗ ਸੀ। ਉਹ ਤੁਰਦਾ ਉਹ ਤੁਰਦਾ ਤੇ ਧਰਤੀ ਨਾ ਹਿਲਦੀ, ਉਹ ਤੁਰਦਾ ਤੇ ਧਰਤੀ ਨਾ ਹਿਲਦੀ। ਕਰਮ ਸਿਰ ਦੀ ਉਸਦੇ ਦਿਲ ਦੀ, ਉਹ ਤੁਰਦਾ ਤੇ ਧਰਤੀ ਨਾ ਹਿਲਦੀ। ਕਰਮ ਦੀ ਸਿਰ ਮੈਂ ਉਸਦੇ ਦਿਲ ਦੀ ਵੱਡਾ ਉੱਤੇ ਟਹਿਰ ਦਾ ਮਾਲਕ ਸੀ ਆਪਣੀ ਟਹਿਰ ਦਾ, ਵੱਡਾ ਉੱਤੇ ਟਹਿਰ ਦਾ ਮਾਲਕ ਸੀ ਆਪਣੀ ਟਹਿਰ ਦਾ। ਉਸਨੂੰ ਮੇਰੇ ਸੰਗ ਪਿਆਰ ਸੀ, ਉਹ ਮੇਰਾ ਵੀ ਯਾਰ ਸੀ। ਉਸਨੂੰ ਮੇਰੇ ਸੰਗ ਪਿਆਰ ਸੀ, ਉਹ ਮੇਰਾ ਵੀ ਯਾਰ ਸੀ। ਜਦੋਂ ਵੀ ਬਣਦਾ ਉਹ ਸੌ ਸੌ ਤੇ ਮੂਟ ਬਣਦਾ, ਜਦੋਂ ਵੀ ਬਣਦਾ ਉਹ ਸੌ ਸੌ ਤੇ ਮੂਟ ਬਣਦਾ। ਉਹ ਲੋੜਵੰਦਾਂ ਵਾਸਤੇ ਉਹ ਘੇਰ ਸੀ ਖੰਡਾ, ਤੇ ਲੋੜਵੰਦਾਂ ਵਾਸਤੇ ਉਹ ਘੇਰ ਸੀ ਖੰਡਾ। ਸਾਡੇ ਪਿੰਡ ਦਾ ਭਾਣਾ ਕੜਕ ਦੀ ਭਾਲਦੀਆਂ, ਭਾਣਾ ਵੀ ਉਸਨੂੰ ਬੁਲਾਉਂਦਾ, ਲੋੜਵੰਦਾਂ ਦੀ ਢਾਣੀ ਹੈ ਪਕਾੜੀ, ਕਿਉਂ ਲਈ ਨੂੰ ਰੱਬਾ ਜਾਣ ਹੋਏ ਸਰਦਾਰ। ਜਦੋਂ ਵੀ ਉਹ ਬਣਦਾ ਸੌ ਸੌ ਤੇ ਨੋਟ ਬਣਦਾ, ਲੋੜਵੰਦਾਂ ਵਾਸਤੇ ਉਹ ਘੇਰ ਸੀ ਖੰਡਾ। ਭਾਣਾ ਉਸਨੂੰ ਰੋਂਦਾ, ਲੋੜਵੰਦਾਂ ਦੀ ਢਾਣੀ ਹੈ ਪੁਕਾਰ ਦੀ, ਕਿਉਂ ਲਈ ਤੂੰ ਰੱਬਾ ਜਾਂ ਸਰਦਾਰ ਦੀ। ਉਹ ਸਦਾ ਚੌਕਸੀ ਰਹਿੰਦਾ, ਮੈਨੂੰ ਜੇ ਵੀਰ ਵੀ ਸੀ ਕਹਿੰਦਾ ਕਿ ਸਹੀਏ ਸਹੀਏ ਕਹਿੰਦਾ ਕਿ ਮੈਂ ਉਸਦੇ ਅੰਦਰ ਝਾਤੀ ਪਾੜਦਾ। ਉੱਥੇ ਹਰ ਸੀ ਪਿਆਰ ਦਾ ਤੇ ਹਰ ਸੀ ਸੰਸਾਰ ਦਾ। ਉਹ ਚੁੱਪ ਚੁੱਪ ਸੀ ਰਹਿੰਦਾ, ਮੈਨੂੰ ਜੇ ਵੀਰ ਵੀ ਸੀ ਕਹਿੰਦਾ ਤੇ ਸਹੀਏ ਸਹੀਏ ਕਹਿੰਦਾ ਕਿ ਮੈਂ ਉਸਦੇ ਅੰਦਰ ਝਾਤੀ ਮਾਰਦਾ। ਉੱਥੇ ਹਰ ਸੀ ਪਿਆਰ ਦਾ ਤੇ ਹਰ ਸੀ ਸੰਸਾਰ ਦਾ। ਉਹ ਤੁਰ ਗਿਆ ਨਹੀਂ ਮਿਲਿਆ ਕਰ ਜਾਣ ਲੱਗਿਆ, ਉਹ ਤੁਰ ਗਿਆ ਨਹੀਂ ਮਿਲਿਆ ਕਰ ਜਾਣ ਲੱਗਿਆ। ਮਿਲਦਾ ਸੀ ਜਾਣ ਲੱਗਿਆ, ਟੱਬਰ ਨੂੰ ਕੰਬਿਆਂ ਛੱਡ ਗਿਆ। ਕੈਨੇਡਾ ਟੂਰ ਕਰਦਾ ਵਿੱਚ ਕਿੰਨਾ ਵੜਿਆ, ਪਰ ਹੁਣ ਕਿਸਮਤ ਆਇਆ ਸਭ ਨੇ ਚੰਗਿਆ ਮਾੜਿਆ। ਵਾਹਿਗੁਰੂ ਦਾ ਖਾਲਸਾ ਵਾਹਿਗੁਰੂ।